ਸੜਕ ਹਾਦਸੇ ਤਾਂ ਬਹੁਤ ਦੇਖੇ ਹੋਣਗੇ, ਪਰ ਇਸ ਸੜਕ ਹਾਦਸੇ ਬਾਰੇ ਦੇਖ ਕੇ ਜਾਣ ਕੇ ਖੜੇ ਹੋ ਜਾਣਗੇ ਰੌਂਗਟੇ। ਸਵਾਰੀਆਂ ਨਾਲ ਬੱਸ ਭਰੀ ਹੋਈ ਸੀ ਤੇ ਜਾ ਡਿੱਗੀ ਪੁਲ ਤੋਂ ਹੇਠਾਂ, ਤੇ ਜਿੱਥੇ ਜਾ ਕੇ ਡਿੱਗੀ ਥੱਲੇ ਲੱਗਾ ਹੋਇਆ ਸੀ ਬਾਜ਼ਾਰ, ਤੇ ਦਰਜਣਾ ਲੋਕ ਆ ਗਏ ਬੱਸ ਦੇ ਹੇਠਾਂ। ਟੀਵੀਆਂ ਨਾਲ ਆਈ ਦੇਖ ਰਹੇ ਹੋ, ਮੈਂ ਹਾਂ ਸੁਖਬੀਰ ਸਿੰਘ ਸ਼ੇਰਗਿੱਲ। ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ, ਜਿਹੜੀ ਰਾਜਧਾਨੀ ਦਿੱਲੀ ਦੇ ਨਾਲ ਲੱਗਦੇ ਇਲਾਕੇ ਗਾਜ਼ੀਆਬਾਦ ਦੇ ਵਿੱਚੋਂ ਆ ਰਹੀ ਹੈ, ਜਿੱਥੇ ਬੁੱਧਵਾਰ ਰਾਤ ਨੂੰ ਵੱਡਾ ਸੜਕ ਹਾਦਸਾ ਵਾਪਰ ਗਿਆ। ਜੀ ਹਾਂ, ਲਾਲ ਕੂਆਂ ਵੱਲੋਂ ਗਾਜ਼ੀਆਬਾਦ ਆ ਰਹੀ ਮੁਸਾਫਰਾਂ ਨਾਲ ਭਰੀ ਬੱਸ ਭਾਟੀਆ ਮੋੜ ਦੇ ਫਲਾਈਓਵਰ ਤੋਂ ਹੇਠਾਂ ਡਿੱਗੀ। ਹੇਠਾਂ ਡਿੱਗੀ ਬੱਸ ਜਿੱਥੇ, ਉੱਥੇ ਵੀ ਬਾਜ਼ਾਰ ਲੱਗਾ ਹੋਇਆ ਸੀ, ਇਸ ਕਰਕੇ ਜਿਹੜੇ ਦਰਜਣਾ ਲੋਕ ਨੇ ਉਹ ਇਸ ਬੱਸ ਦੀ ਚਪੇਟ ਦੇ ਵਿੱਚ ਆ ਗਏ। ਸੂਚਨਾ ਮਿਲਣ 'ਤੇ ਮੌਕੇ 'ਤੇ ਪੁਲਿਸ ਨੇ ਪਹੁੰਚ ਕੀਤੀ ਅਤੇ ਮੁਸਾਫਰਾਂ ਅਤੇ ਬੱਸ ਦੀ ਚਪੇਟ ਵਿੱਚ ਆਏ ਲੋਕਾਂ ਨੂੰ ਕੱਢਣਾ ਸ਼ੁਰੂ ਕੀਤਾ। ਫਿਲਹਾਲ ਜ਼ਿਲ੍ਹਾ ਸਰਕਾਰੀ ਹਸਪਤਾਲ ਦੇ MMG ਵਿੱਚ ਅੱਧਾ ਦਰਜਨ ਐਂਬੂਲੈਂਸ ਦੇ ਜ਼ਰੀਏ 10 ਜ਼ਖਮੀਆਂ ਨੂੰ ਭੇਜ ਦਿੱਤਾ ਗਿਆ। ਹਾਲਾਂਕਿ ਹੁਣ ਤੱਕ ਕਿਸੇ ਦੀ ਵੀ ਮਰਨ ਦੀ ਅਧਿਕਾਰਿਕ ਜਿਹੜੀ ਪੁਸ਼ਟੀ ਉਹ ਨਹੀਂ ਕੀਤੀ ਗਈ। ਇਸ ਬੱਸ ਦੇ ਪੁਲ ਦੇ ਹੇਠਾਂ ਡਿੱਗਣ ਦਾ ਜਿਹੜਾ ਹੈ ਦੱਸਿਆ ਗਿਆ ਕਾਰਨ, ਉਹ ਇਸ ਕਰਕੇ ਦੱਸਿਆ ਗਿਆ ਬੱਸ ਗਲਤ ਪਾਸਿਓਂ ਜਿਹੜੀ ਹੈ ਪੁਲ ਨੂੰ ਕ੍ਰੋਸ ਕਰ ਰਹੀ ਸੀ। ਪਹਿਲਾਂ ਇਸ ਦੇ ਵੱਲੋਂ ਇੱਕ ਮੋਟਰਸਾਈਕਲ ਨੂੰ ਟੱਕਰ ਮਾਰੀ ਜਾਂਦੀ ਹੈ, ਉਸ ਤੋਂ ਬਾਅਦ ਆਪਣਾ ਸੰਤੁਲਨ ਗਵਾ ਲੈਣ ਕਰਕੇ ਬੱਸ ਜਿਹੜੀ ਹੈ ਪੁਲ ਤੋਂ ਹੇਠਾਂ ਡਿੱਗ ਜਾਂਦੀ ਹੈ। ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਹੋ ਜਿਹਾ ਮੰਜ਼ਰ ਉੱਥੇ ਬਣਿਆ ਹੋਣਾ ਹੈ। ਲੋਕ ਜਿਹੜੇ ਨੇ ਬੱਸ ਦੇ ਵਿੱਚ ਸਵਾਰ ਸਨ, ਮੁਸਾਫਰਾਂ ਦੇ ਨਾਲ ਬੱਸ ਭਰੀ ਹੋਈ ਸੀ, ਅਤੇ ਜਦੋਂ ਇੱਕਦਮ ਬੱਸ ਪੁਲ ਤੋਂ ਹੇਠਾਂ ਡਿੱਗੀ ਅਤੇ ਜਿੱਥੇ ਡਿੱਗੀ ਹੈ ਉੱਥੇ ਵੀ ਬਾਜ਼ਾਰ ਲੱਗਾ ਹੋਇਆ ਸੀ, ਅਤੇ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਇਸ ਬੱਸ ਦੇ ਹੇਠਾਂ ਆ ਗਏ, ਬੱਸ ਦੀ ਚਪੇਟ ਦੇ ਵਿੱਚ ਆ ਗਏ। ਹਾਲਾਂਕਿ ਕਿਸੇ ਦੀ ਵੀ ਮੌਤ ਹੋ ਜਾਣ ਦੀ ਕੋਈ ਵੀ ਪੁਸ਼ਟੀ ਨਹੀਂ ਕੀਤੀ ਗਈ, ਪਰ ਇੰਨੇ ਲੋਕਾਂ ਦਾ ਬੱਸ ਦੇ ਹੇਠਾਂ ਆ ਜਾਣਾ ਕੋਈ ਬਾਹਲਾ ਜਿਹੜਾ ਹੈ ਸਕਾਰਾਤਮਕ ਚੀਜ਼ ਨਹੀਂ ਹੈ। ਦੇਖ ਸਕਦੇ ਹੋ ਕਿਵੇਂ ਬੱਸ ਦੇ ਵੱਲੋਂ ਉੱਤੋਂ ਪੁਲ ਦੇ ਹੇਠਾਂ ਥੱਲੇ ਡਿੱਗਿਆ ਜਾਂਦਾ ਹੈ, ਅਤੇ ਬਹੁਤ ਸਾਰੇ ਲੋਕ ਇਸ ਦੀ ਚਪੇਟ ਦੇ ਵਿੱਚ ਆ ਜਾਂਦੇ ਨੇ। ਤਸਵੀਰਾਂ ਦੇ ਉੱਤੇ ਤੁਹਾਡੀ ਝਾਤ ਮਰਵਾ ਦਿੰਦੇ ਹਾਂ। ਸੋ ਤੁਸੀਂ ਦੇਖਿਆ ਕਿ ਇਸ ਤਰੀਕੇ ਦੇ ਨਾਲ ਬੱਸ ਜਿਹੜੀ ਹੈ ਉਹ ਫਲਾਈਓਵਰ ਦੇ ਉੱਤੋਂ ਹੇਠਾਂ ਡਿੱਗ ਜਾਂਦੀ ਹੈ ਜਿੱਥੇ ਬਾਜ਼ਾਰ ਲੱਗਾ ਹੁੰਦਾ, ਅਤੇ ਬਹੁਤ ਸਾਰੇ ਲੋਕ ਇਸ ਬੱਸ ਦੀ ਚਪੇਟ ਦੇ ਵਿੱਚ ਆ ਜਾਂਦੇ ਨੇ। ਕਿੰਨੇ ਲੋਕਾਂ ਦੇ ਮਰਨ ਦੀ ਪੁਸ਼ਟੀ ਹੋਵੇਗੀ ਇਸ ਦੇ ਬਾਬਤ ਜੋ ਵੀ ਜਾਣਕਾਰੀਆਂ ਹੋਣਗੀਆਂ ਟੀਵੀਆਂ ਨਾਲ ਅੱਜ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰੇਗਾ। ਫਿਲਹਾਲ ਦੇ ਲਈ ਅਜਿਹੀਆਂ ਵੱਡੀਆਂ ਖਬਰਾਂ ਲਗਾਤਾਰ ਤੁਹਾਡੇ ਤੱਕ ਪਹੁੰਚਦੀਆਂ ਰਹਿ ਸਕਣ। ਤੁਸੀਂ ਜੁੜੇ ਰਹੋ ਦਾ ਟੀਵੀਆਂ ਨਾਲ ਅੱਜ ਦੇ ਨਾਲ।